Ah, listo, bueno. Sí. ਨਹੀਂ, ਉਹਦੇ 3/7/18 ਨੂੰ ਸਾਡੇ ਕੋਲ ਬਲਦੇਵ ਸਿੰਘ ਨੇ ਦਰਖਾਸਤ ਲਿਖਾਈ ਹੈ ਜੀ, ਵੀ ਉਸਦੀ ਨੌਂ ਆ ਜਿਹੜੀ 2/7/18 ਨੂੰ ਆਪਣੇ ਰਾਧਪਤੀ ਨੂੰ ਕੋਈ ਚੀਜ਼ ਦੇ ਕੇ ਤਾਂ ਕੋਈ ਨਸ਼ੇ ਵਾਲੀ ਜਾਂ ਹੋਰ ਤੇ ਕਿਤੇ ਚਲੀ ਗਈ ਆ। ਇਹ ਦੋਨੇ ਧਿਰਾਂ ਐਸ ਐਚ ਓ ਸਾਹਿਬ ਨੇ ਬੁਲਾਇਆ ਸੀ, ਦੂਜੀ ਧਿਰ ਵੀ ਕਹਿੰਦੀ ਸਾਡੇ ਕੋਲ ਪਹੁੰਚੀ ਨਹੀਂ ਗਈ, ਵੀ ਜਿਹਦੀ ਤਫਤੀਸ਼ ਹਲੇ ਆਪਣੇ ਐਸ ਐਚ ਓ ਸਾਹਿਬ ਕਰ ਰਹੇ ਖੁਦ ਚ। ਨਹੀਂ, ਇਹ ਨੀ ਕੋਈ ਗੱਲਬਾਤ ਹਾਲੇ ਸਾਹਮਣੇ, ਨਾ ਕੋਈ ਲੁੱਟਮਾਟ ਹੋਈ ਹੈ ਜੀ। ਮੇਰਾ ਨਾਮ ਕੁਲਦੀਪ ਸਿੰਘ ਹੈ। ਕਿਆ ਹੁਆ ਥਾ ਆਪਕੇ ਸਾਥ? ਮੇਰੀ ਸ਼ਾਦੀ ਹੋਈ ਥੀ ਸਰ, ਦੋ ਦਿਨ ਠੀਕ ਰਹੀ ਹੈ, ਉਸਕੇ ਬਾਅਦ ਉਹਨਾਂ ਨੇ ਮੁਝੇ ਰਾਤ ਮੇ ਨਸ਼ੀਲਾ ਪਦਾਰਥ ਦੀਆ, ਬੇਹੋਸ਼ ਕਰਕੇ ਜੋ ਵੀ ਮੇਰੇ ਜੋ 3 ਤੋਲਾ ਸੋਨਾ ਥਾ ਔਰ 20,000 ਕੈਸ਼ ਥਾ ਵੋ ਲੂਟ ਕੇ ਚਲੀ ਗਈ ਹੈ, ਬਾਕੀ ਉਸਕਾ ਸਮਾਨ ਯੇ ਪੜਾ ਹੁਆ ਹੈ, ਇਸਕਾ ਮੇਕਅਪ ਕਿੱਟ ਹੈ ਸਰ, ਯੇ ਬੈਗ ਥਾ ਔਰ ਯੇ ਉਸਕੀ ਚੁਨਰੀ ਹੈ, ਯੇ ਉਸਕਾ ਜੋੜਾ ਥਾ ਸਰ ਜੋ ਉਸਨੇ ਕਲਾਈਓ ਮੇ ਬਾਂਧੇ ਹੁਏ ਥੇ, और ये लहंगा है उसका, रमनदीप कौर। कहाँ की रहने वाली है? अमृतसर की है सर। आपको क्या लग रहा है कि लूटपाट करने के लिए शादी थी? सर ये तो मैं गाइस नहीं कर सकता कि वो लूटपाट के प्लानिंग से आई थी या जीवन बिताने आई थी, उसके माथे में तो लिखा नहीं था सर। लेकिन लूट ले गई आपको? लूट के ले गई सर। तो आपने पुलिस में कंप्लेंट वगैरह दिया? जी सर दिया है, अभी तक कोई सुनवाई नहीं हो रही है।